ਇਹ ਧਾਰਮਿਕ ਸੈਗਮੈਂਟ ਕੁਕਟਲਮ ਸਥਿਤ ਬਾਂਕੇ ਇਨਵੈਸਟਮੈਂਟ ਲਿਮਿਟਿਡ ਵੱਲੋਂ ਸਪਾਂਸਰਡ ਹੈ। 604-931-3331। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਗਿਆਨੀ ਸਵਰਨ ਸਿੰਘ ਜੀ ਸਾਡੇ ਨਾਲ ਸਾਂਝ ਪਾਉਣਗੇ, ਜਿਸ ਤਰ੍ਹਾਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਇੱਥੇ ਆ ਕੇ ਗੁਰੂ ਸਾਹਿਬਾਨ ਦੇ ਜੀਵਨ ਵਿੱਚੋਂ ਉਹ ਮਹੱਤਵਪੂਰਨ ਪਲ ਅਤੇ ਉਹਨਾਂ ਦੀ ਜਿਹੜੀ ਸਿੱਖਿਆ ਹੈ ਉਸ ਦੀ ਸਾਂਝ ਸਾਡੇ ਨਾਲ ਪਾ ਰਹੇ ਨੇ। ਗਿਆਨੀ ਸਵਰਨ ਸਿੰਘ ਜੀ ਕਿਸੇ ਵੀ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹਨ, ਕਮਿਊਨਿਟੀ ਵਿੱਚ ਬੜੀ ਹੀ ਜਾਣੀ ਪਛਾਣੀ ਸ਼ਖਸੀਅਤ ਹਨ, ਜਿਹੜੇ ਕਿ ਗੁਰਬਾਣੀ ਦਾ ਪ੍ਰਚਾਰ ਨਿਸ਼ਕਾਮ ਸੇਵਾ ਜੋ ਇਹ ਕਰ ਰਹੇ ਨੇ, ਜਿਸ ਵਿੱਚ ਕਿ ਮੁੱਖ ਮਕਸਦ ਹੈ ਕਿ ਆਉਣ ਵਾਲੀ ਪਨੀਰੀ ਨੂੰ ਅਤੇ ਸਾਨੂੰ ਵੀ ਸਮਝ ਆ ਸਕੇ ਕਿ ਗੁਰੂ ਕੀ ਕਹਿ ਰਿਹਾ। ਪਿਛਲੇ ਹਫ਼ਤੇ ਅਸੀਂ ਗੱਲਬਾਤ ਕਰ ਰਹੇ ਸੀ ਸੱਤ ਸੰਤੋਖ ਦੀ ਕਿ ਕਿਵੇਂ ਪ੍ਰਾਪਤ ਹੋ ਸਕਦਾ ਹੈ, ਅਤੇ ਭਾਦੋਂ ਮਹੀਨੇ ਦਾ ਇਹ ਸ਼ਬਦ ਜੋ ਹੈ 12 ਮਾਹ ਦੇ ਵਿੱਚ ਉਸ ਬਾਰੇ ਚਰਚਾ ਚੱਲ ਰਹੀ ਸੀ, ਉਸੇ ਵਿੱਚ ਆਓ ਮੁੜ ਤੋਂ ਤੁਹਾਨੂੰ ਸ਼ਾਮਿਲ ਕਰਦੇ। ਜੈਨੂ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਸੋ ਲਾਸਟ ਵੀਕ ਜਦੋਂ ਅਸੀਂ ਸਮਾਪਤੀ ਕੀਤੀ ਸੀ ਉਸ ਸਮੇਂ ਸੱਤ ਸੰਤੋਖ ਦੀ ਅਸੀਂ ਗੱਲ ਕਰ ਰਹੇ ਸੀ, ਦੀਵੇ ਦਾ ਤੁਸੀਂ ਜ਼ਿਕਰ ਦਿੱਤਾ ਸੀ ਕਿ ਤੇਲ ਵੀ ਹੈ ਅਤੇ ਉਹਦੇ 'ਚੋਂ ਜਿਹੜੀ ਬੱਤੀ ਇਹ ਇੱਕ ਸਿੰਬਲਸ ਨੇ ਜਿਹੜੇ ਕਿ ਸਾਨੂੰ ਆਇਡੈਂਟੀਫਾਈ ਕਰਨੇ ਪੈਣਗੇ ਅਤੇ ਸਾਨੂੰ ਆਪਣੇ ਜੀਵਨ 'ਤੇ ਇਸ ਨੂੰ ਸਮਝਣਾ ਪਏਗਾ ਕਿ ਕਿਸ ਤਰ੍ਹਾਂ ਇਹ ਚੀਜ਼ਾਂ ਲਾਗੂ ਹੁੰਦੀਆਂ ਨੇ। ਜੀ, ਹੁਣ ਅੱਜ ਅਸੀਂ ਸੱਤ ਦੀ ਤਾਂ ਬੜੀ ਗੱਲ ਕਰ ਰਹੇ ਹਾਂ, ਸੰਤੋਖ ਦੀ ਵੀ ਗੱਲ ਕਰ ਰਹੇ ਹਾਂ, ਪਰ ਲੋਕ ਸੰਤੋਖੀ ਨਹੀਂ ਹੈਗੇ, ਅਸੀਂ ਸੰਤੋਖੀ ਨਹੀਂ ਹੋ ਰਹੇ। ਅਸੀਂ ਬੜਾ ਪ੍ਰਚਾਰ ਕਰ ਰਹੇ ਹਾਂ, ਬਹੁਤ ਪੜ੍ਹ ਰਹੇ ਹਾਂ ਬਾਣੀ, ਪਰ ਉਸਦੇ ਬਾਵਜੂਦ ਸਾਡੇ ਜੀਵਨ ਵਿੱਚ ਹਨੇਰਾ ਹੈ। ਹੁਣ ਕੈਨੇਡਾ ਵਰਗੇ ਮੁਲਕ ਵਿੱਚ ਤਾਂ ਕਿਸੇ ਚੀਜ਼ ਦੀ ਕਮੀ ਨਹੀਂ, ਇੱਕ ਪਾਸੇ ਅਸੀਂ ਕਹਿ ਦਿੰਦੇ ਜੀ ਅਵੇਅਰਨੈਸ ਨਹੀਂ ਹੈਗੀ, ਪਰ ਇੱਥੇ ਤਾਂ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਤੁਸੀਂ ਦਿਨ ਰਾਤ ਇੱਕ ਕਰ ਰਹੇ ਹੋ। ਬਾਣੀ ਅੱਜ ਪੜ੍ਹਨ ਲਈ ਸਾਨੂੰ ਇੰਟਰਨੈਟ 'ਤੇ ਉਸਦਾ ਮਤਲਬ ਵੀ ਪਤਾ ਚੱਲ ਸਕਦਾ ਹੈ, ਪਰ ਫਿਰ ਵੀ ਅਸੀਂ ਕਿਉਂ ਨਹੀਂ ਸੰਤੋਖੀ ਹੋ ਰਹੇ? ਕੀ ਕਾਰਨ ਕੀ ਹੈ, ਕਿੱਥੇ ਉਹ ਕਮੀ ਹੈ ਅਤੇ ਕਿੱਥੇ ਉਸ ਨੂੰ ਸਮਾਪਤ ਕਰਨ ਦੀ ਲੋੜ ਹੈ? ਪਦਾਰਥਾਂ ਦੀ ਬਹੁਤਾਤ ਦੇ ਉੱਤੇ ਜੇ ਕੋਈ ਮਨੁੱਖ ਦਾ ਕੋਈ ਮਤਲਬ ਉੱਤੇ ਸੰਤੋਖ ਸਬਰ ਨਹੀਂ, ਪਦਾਰਥਾਂ ਦੀ ਬਹੁਤਾਤ ਉੱਤੇ ਜੇ ਉਹਨਾਂ ਦਾ ਕੋਈ ਅਸੀਂ ਕਹਿ ਸਕਦੇ ਹਾਂ ਵੀ ਹੱਦ ਨਹੀਂ ਜੀ, ਤਾਂ ਫਿਰ ਇਹਦੀ ਹੱਦ ਕੋਈ ਨਹੀਂ ਹੈਗੀ। ਅਤੇ ਜਿਉਂ ਜਿਉਂ ਪਦਾਰਥਾਂ ਦੀ ਤੁਹਾਡੇ ਪਾਸ ਘਰਾਂ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਜੀ, ਅਤੇ ਤੁਹਾਡੀ ਹੱਦ ਬਣਨ ਦੀ ਬਜਾਏ ਉਹ ਹੱਦ ਤੋਂ ਬੰਦਾ ਅੱਗੇ ਟੱਪ ਜਾਂਦਾ। ਔਰ ਤੁਸੀਂ ਅੱਜ ਦੇਖੋ ਫਾਰੀ ਵਰਲਡ ਦੇ ਵਿੱਚ ਜੋ ਵਪਾਰੀਆਂ ਨੇ ਸਮਾਨ ਤਿਆਰ ਕੀਤਾ ਉਹ ਲੋਕਾਂ ਦੀ ਲੋੜ ਤੋਂ ਵੀ ਵੱਧ, ਔਰ ਉਹ ਸਟੋਰਾਂ 'ਚ ਪਿਆ ਠੀਕ, ਔਰ ਲੋਕ ਲੋਕਾਂ ਨੂੰ ਖਰੀਦਣ ਦੀ ਲੋੜ ਨਹੀਂ, ਭਾਵ ਉਹਨਾਂ ਨੇ ਲੋਕਾਂ ਨੂੰ ਜ਼ਬਰਦਸਤੀ ਐਡ ਦੇ ਦੇ ਕੇ ਖਿੱਚ ਖਿੱਚ ਕੇ ਉਹਨਾਂ ਨੇ ਸਮਾਨ ਇੰਨਾ ਦੇ ਦਿੱਤਾ ਕਿ ਉਹਨਾਂ ਦੀ ਫਿਰ ਇੱਦਾਂ ਹੋਵੇ ਕਿ ਆਹ ਹੁਣ ਛੱਡੋ ਪਰਾਂ ਪੁਰਾਣੇ ਕੰਪਿਊਟਰ ਨੂੰ ਆਪਾਂ ਹੁਣ ਨਵਾਂ ਲੈਂਦੇ ਹਾਂ। ਅੱਛਾ, ਹੁਣ ਪੁਰਾਣੇ ਕੰਪਿਊਟਰ ਤੁਹਾਡੇ ਪੈਸੇ ਲੱਗੇ ਹੋਏ ਆ, ਤੁਸੀਂ ਉਹਨੂੰ ਯੂਜ਼ ਨਹੀਂ ਕਰਦੇ, ਤੁਹਾਡੇ ਅੰਦਰ ਇੱਕ ਖੁਆਇਸ਼ ਪੈਦਾ ਕੀਤੀ ਵੀ ਹੋਰ ਲਵੋ, ਨਵੀਂ ਟੈਕਨੀਕ ਲਵੋ, ਨਵੀਂ ਟੈਕਨੀਕ ਲਵੋ, ਨਵੀਂ ਟੈਕ। ਹੁਣ ਵੀਰ ਜੀ, ਜਦੋਂ ਨਵੀਂ ਟੈਕਨੀਕ ਆਉਂਦੀ ਆ ਅਤੇ ਨੈਚੁਰਲੀ ਤੁਹਾਡਾ ਵਿੱਚ ਇਹ ਕਰਦਾ ਕਿ ਮੈਂ ਵੀ ਨਵੀਂ ਟੈਕਨੀਕ ਵਿੱਚ ਸ਼ਾਮਿਲ ਹੋ ਜਾਵਾਂ। ਇਹਨੂੰ ਕਹਿੰਦੇ ਆ ਵਪਾਰੀ ਨੇ ਮਨੁੱਖ ਦੇ ਅੰਦਰ ਕਿਸ ਤਰ੍ਹਾਂ ਉਹ ਚੀਜ਼ਾਂ ਪੈਦਾ ਕੀਤੀਆਂ ਹੈਗੀਆਂ, ਜਿਹਨੂੰ ਅਸੀਂ ਦੂਜੇ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਉਹਦੇ ਅੰਦਰ ਭੁੱਖ ਇੱਕ ਇਹ, ਦੂਜਾ ਅਸੀਂ ਕਹਿ ਸਕਦੇ ਹਾਂ ਕਿ ਅਡਿਕਸ਼ਨ, ਮਨੁੱਖ ਦੀ ਇੱਕ ਪਦਾਰਥ ਦਾ ਵੀ ਇੱਕ ਅਡਿਕਸ਼ਨ ਹੈ। ਜਦੋਂ ਮਨੁੱਖ ਪਦਾਰਥਾਂ ਦੀ ਅਡਿਕਸ਼ਨ ਵਿੱਚ ਜੀ ਫਸ ਜਾਏ ਨਾ, ਅਤੇ ਤੁਹਾਨੂੰ ਪਤਾ ਕਿਸੇ ਚੀਜ਼ ਦੇ ਵੀ ਤੁਸੀਂ ਅਡਿਕਸ਼ਨ ਅਡਿਕਟਡ ਹੋ ਜਾਓ ਅਤੇ ਤੁਹਾਡੇ ਬਾਰੇ ਬਹੁਤ ਔਖਾ ਕਿ ਤੁਸੀਂ ਉਹਦੇ 'ਚ ਨਿਕਲ ਸਕੋ। ਹੁਣ ਅਡਿਕਸ਼ਨ ਕਿਵੇਂ ਫੈਲਾਈ ਜਾਂਦੀ ਆ? ਅਡਿਕਸ਼ਨ ਫੈਲਾਉਣ ਦਾ ਵੀ ਇੱਕ ਬਹੁਤ ਵਧੀਆ ਤਰੀਕਾ ਹੈਗਾ, ਕਿਉਂਕਿ ਵਪਾਰੀ ਨੇ ਆਪਣੇ ਪ੍ਰੋਡਕਟ ਨੂੰ ਵੇਚਣ ਲਈ ਹਰ ਤਰੀਕੇ ਦੇ ਨਾਲ ਮਨੁੱਖ ਨੂੰ ਘਰਾਂ ਵਿੱਚੋਂ ਕੱਢਣਾ, ਚਾਹੇ ਉਹਨੂੰ ਲੋੜ ਹੈਗੀ ਚਾਹੇ ਨਹੀਂ। ਔਰ ਮਿਸਾਲ ਤੌਰ 'ਤੇ ਤੁਹਾਡੇ ਹੁਣ ਕਾਰਡ ਲੈ ਲਓ ਜੀ, ਹੁਣ ਕਾਰਡਾਂ ਦੇ ਉੱਤੇ ਕਈਆਂ ਲੋਕਾਂ ਨੇ ਕਾਰਡਾਂ ਦੀ ਲਿਮਿਟਾਂ ਵੀ ਪੂਰੀਆਂ ਕੀਤੀਆਂ ਠੀਕ, ਆਪਣੀ ਸੈਕਿੰਡ ਮੌਰਗੇਜ ਵੀ ਲੈ ਲਈ ਆ, ਕਿਉਂ? ਉਹ ਅਡਿਕਟਡ ਹੋ ਗਏ ਆ, ਉਹਨਾਂ ਨੂੰ ਇਹ ਨਹੀਂ ਕਿ ਅਸੀਂ ਪੈਸੇ ਵੀ ਦੇਣੇ ਆ। ਸੋ ਇਸ ਕਰਕੇ ਇਹ ਜਿਹੜਾ ਇਹ ਵੀ ਇੱਕ ਬਹੁਤ ਵੱਡੀ ਮੈਂ ਸਮਝਦਾ ਕਿ ਬਿਮਾਰੀਆਂ ਦਾ ਜਾਂ ਸਾਡੀਆਂ ਮੁਸੀਬਤਾਂ ਦਾ ਜਾਂ ਮੁਸ਼ਕਲਾਂ ਦਾ ਇੱਕ ਕਾਰਨ ਵੀ ਆ। ਇਹਨਾਂ ਵਿੱਚੋਂ ਨਿਕਲਣ ਲਈ ਜੀ ਭਾਵੇਂ ਤੁਸੀਂ ਜਿਤਨਾ ਮਰਜ਼ੀ ਯਤਨ ਕਰੀ ਜਾਓ, ਤੁਹਾਨੂੰ ਫਿਰ ਅਖੀਰ 'ਤੇ ਇੱਥੇ ਆਉਣਾ ਕਹਿਣਾ ਪੈਣਾ ਕਿ ਆਈ ਹੈਵ ਟੂ ਬੀ ਸੈਲਫ ਕੰਟੈਂਟਡ, ਮੈਨੂੰ ਆਪਣੇ ਅੰਦਰ ਸੰਤੋਖ ਪੈਦਾ ਕਰਨਾ ਪੈਣਾ, ਦੈਟਸ ਇਟ, ਮੈਨੂੰ ਇਹਦੇ 'ਚ ਹੋਰ ਦੀ ਲੋੜ ਨਹੀਂ। ਤਾਂ ਇਹ ਤਾਂ ਹੋਏਗਾ ਜੇ ਆਪਾਂ ਨੂੰ ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਦੇਖੋ ਇਹਦਾ ਸ਼ਬਦ ਕਿੰਨਾ ਵਧੀਆ, ਹੁਣ ਅਗਲੀ ਤੱਕ ਨਹੀਂ ਸਮਝਦੀ ਲੋਕਾਂ ਨੇ ਪੜ੍ਹੀ ਨਹੀਂ, ਕਹਿੰਦੇ ਪਹਿਲਾਂ ਤਾਂ ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜੇ, ਇਹ ਤਾਂ ਬਾਹਰਲੀ ਗੱਲ ਹੈ ਠੀਕ। ਅਗਲੀ ਜਿਹੜੀ ਗੱਲ ਆ, ਸੁਪਨ ਮਨੋਰਥ ਬਿਰਥੇ ਸਭ ਕਾਜੇ, ਜਿਤਨੇ ਤੇਰੇ ਕਾਰਜ ਆ ਇਹ ਸਾਰੇ ਸੁਪਨੇ ਦੀ ਨਹੀਂ ਆਈਆਂ। ਹੁਣ ਸੁਪਨਾ ਕਿਹੜੀ ਚੀਜ਼ ਹੁੰਦੀ ਆ? ਦੇਖਣ ਨੂੰ ਸੱਚ ਪਰ ਹੁੰਦਾ ਨਹੀਂ। ਹੁਣ ਸੁਪਨੇ 'ਚ ਤੁਹਾਨੂੰ ਉਹ ਚੀਜ਼ ਮਿਲਣੀ ਆ ਜਿਹੜੀ ਤੁਸੀਂ ਆਪਣੀ ਜ਼ਿੰਦਗੀ 'ਚ ਹੋ ਸਕਦਾ ਪਹਿਲਾਂ ਹੰਡਾਈ ਹੋਵੇ। ਸਾਰ ਫਰਜ਼ ਕੀਤਾ ਕਿ ਮੈਂ ਪਹਿਲੀ ਜਮਾਤ 'ਚ ਪੜ੍ਹਦਾ ਸੀ, ਹੁਣ ਪਹਿਲੀ ਜਮਾਤ 'ਤੇ ਅੱਜ ਆਫਟਰ 75 ਈਅਰਸ ਜਾਂ 70 ਸਾਲ ਤੋਂ ਬਾਅਦ
ਉਹ ਮੇਰਾ ਪਹਿਲੀ ਜਮਾਤ ਜਿਹੜੀ ਸੀ ਮੇਰਾ ਸੁਪਨਾ ਹੋ ਗਿਆ, ਉਹਨੂੰ ਮੈਂ ਦੇਖ ਨਹੀਂ ਸਕਦਾ। ਇੱਕੋ ਤਰੀਕਾ ਮੈਂ ਸੁਪਨੇ 'ਚ ਦੇਖ ਸਕਦਾ, ਮੈਂ ਪਹਿਲੀ ਜਮਾਤ 'ਚ ਪੜ੍ਹਦਾ। ਮੇਰੀ ਮਾਂ ਗੁਜ਼ਰ ਗਈ ਅੱਜ ਤੋਂ 50 ਸਾਲ ਪਹਿਲਾਂ, ਅਤੇ ਮੈਂ ਉਹਨੂੰ ਵੇਖ ਨਹੀਂ ਸਕਦਾ। ਇੱਕੋ ਤਰੀਕਾ ਆ ਕਿ ਮੈਂ ਸੁਪਨੇ 'ਚ ਵੇਖ ਲਵਾਂ। ਸੁਪਨੇ 'ਚ ਤੁਸੀਂ ਉਹ ਚੀਜ਼ ਦੇਖੋਗੇ ਜਿਹੜੀ ਗੁਜ਼ਰ ਗਈ ਆ। ਇਸ ਕਰਕੇ ਸੁਪਨ ਮਨੋਰਥ ਬਿਰਥੇ ਸਭ ਕਾਜ, ਜਿਤਨੇ ਤੇਰੇ ਕਾਰਜ ਹੈਗੇ ਆ ਸਤ ਸੰਤੋਖ ਤੋਂ ਬਗੈਰ ਸਾਰੇ ਸੁਪਨੇ ਦੀ ਨਿਆਈ ਆ। ਪਰ ਮਨੁੱਖ ਜੁੜਿਆ ਕਿਹਦੇ ਨਾਲ? ਸੁਪਨ ਮਨੋਰਥ ਬਿਰਥੇ ਸਭ ਕਾਜੇ, ਜਿਤਨੇ ਕਾਜ ਨੇ ਉਹ ਸਾਰੇ ਸੁਪਨ ਮਨੋਰਥ ਦੀ ਤਰ੍ਹਾਂ ਆ, ਔਰ ਉਹਨਾਂ ਵਿੱਚ ਪਿੱਛੇ ਸੱਚਾਈ ਕੋਈ ਨਹੀਂ। ਅਤੇ ਮਨੁੱਖ ਆਪਣੀ ਖੁਆਇਸ਼ ਦੇ ਪਿੱਛੇ ਇੰਨਾ ਦੌੜਾ ਭੱਜਾ ਫਿਰਦਾ ਕਿ ਜਿਹੜੀ ਉਹਦੀ ਪੂਰਤੀ ਕਰਨ ਵਾਸਤੇ ਕੋਈ ਵੀ ਐਸਾ ਬ੍ਰੇਕ ਨਹੀਂ ਹੈਗੀ ਜਿੱਥੇ ਜਾ ਕੇ ਉਹ ਬੰਦਾ ਕਹੇ ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਇਹ ਜਿਹੜੇ ਲੋਕ ਕਰ ਲੈਂਦੇ ਆ, ਜਿਹੜੇ ਲੋਕ ਕਰ ਲੈਂਦੇ, ਹੁਣ ਫਰਜ਼ ਕਰੋ ਤੁਸੀਂ ਕਮਾਈ ਕਰਦੇ ਆ, ਕਰੋ ਠੀਕ ਹੈ, ਪਰ ਕਿਤੇ ਤਾਂ ਤੁਹਾਨੂੰ ਹੱਦ ਬੰਨਣੀ ਪੈਣੀ ਕਿ ਬਸ ਵੀ ਮੇਰਾ ਇੰਨਾ ਕਾਫੀ ਹੈ। ਸੋ ਇਸ ਕਰਕੇ ਸਤਿਗੁਰੂ ਜੀ ਨੇ ਵਾਰਨਿੰਗ ਦਿੱਤੀ ਹੈ ਕਿ ਆਖਦੇ ਨੇ ਹੱਥ ਮਰੋੜੇ ਤਨ ਕਵੇ ਸਿਆਹੋ ਹੋ ਆਸੇਤ। ਹੁਣ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਤੇ ਹੱਥ ਜਿਹੜੇ ਨੇ ਅੰਦਰ ਨੂੰ ਮੁੜਦੇ, ਮੰਦਰ ਨੂੰ ਮੁੜ ਜਾਂਦੇ ਨੇ, ਅਤੇ ਤਨ ਕੰਬਣ ਲੱਗ ਪੈਂਦਾ। ਮੌਤ ਜਦੋਂ ਅੰਦਰੋਂ ਤੁਹਾਡੇ ਨਿਕਲਦੀ, ਹੱਡਾਂ ਕੁਕਰਗਾਏ ਵਾਲੀ ਗੱਲ ਹੁੰਦੀ ਨਾ, ਮੌਤ ਅੰਦਰੋਂ ਆਤਮਾ ਨਿਕਲਦੀ ਬੜੀ ਜ਼ੋਰ ਨਾਲ, ਅਤੇ ਫਿਰ ਕੀ ਹੁੰਦਾ? ਪਹਿਲਾਂ ਤੁਹਾਡਾ ਮੂੰਹ ਲਾਲ ਹੁੰਦਾ, ਫਿਰ ਹੌਲੀ 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 ਪੀੜਾ ਹੋ ਜਾਂਦਾ, ਔਰ ਤੁਹਾਡੇ ਲੋਕਾਂ ਦੇ ਦੇਖਦਿਆਂ ਦੇਖਦਿਆਂ ਤੇਰੀ ਜਾਨ ਨਿਕਲ ਜਾਂਦੀ ਆ। ਨੋਬੜੀ ਕੈਨ ਹੈਲਪ ਯੂ। ਔਰ ਸਤਿਗੁਰੂ ਜੀ ਕਹਿੰਦੇ ਨੇ ਕਿ ਹੱਥ ਮਰੋੜੇ ਤਨ ਕਪੇ ਸਿਆਹੋ ਹੋਆ ਸੇਧ। ਇਹ ਅਹੁਦਾ ਵੀ ਹੋਇਆ, ਅਹੁਦਾ ਵੀ ਹੋਇਆ, ਅਤੇ ਤੇਰਾ ਵੀ ਇਹ ਹਾਲ ਹੋਣਾ। ਔਰ ਅਖੀਰ 'ਚ ਉਹ ਵਾਰੇ ਹੁੰਦੇ ਕਹਿੰਦੇ ਨੇ ਵਸ ਦੀ ਗੱਲ ਨਹੀਂ, ਇਹ ਉਹਦੇ ਕੀਤੇ ਹੋਏ ਕਰਮਾਂ ਦਾ ਨਤੀਜਾ ਹੈ। ਜਿਹਾ ਬੀਜੇ ਸੋਲਣੇ ਕਰਮਾਂ ਸੰਦੜਾ ਖੇਤ। ਹਰ ਮਜ਼ਹਬ ਨੇ ਕਿਹਾ, ਬੁੱਧਿਸਟ ਵੀ ਮੰਨਦੇ ਨੇ ਕਿ ਐਜ ਯੂ ਸੋ ਸੋ ਸ਼ੈਲ ਯੂ ਰੀਪ, ਭਾਵ ਕਿ ਜਿਹੜਾ ਤੁਸੀਂ ਜੋ ਕੁਛ ਬੀਜਦੇ ਆ ਉਹ ਤੁਹਾਨੂੰ ਵੱਢਣਾ ਪਏਗਾ। ਈਸਾਈ ਮਤ ਵੀ ਕਹਿੰਦਾ, ਸਿੱਖ ਧਰਮ ਨੇ ਵੀ ਬਾਰ ਬਾਰ ਮਨੁੱਖ ਨੂੰ ਇਹ ਸੰਦੇਸ਼ ਦਿੱਤਾ, ਕਿਉਂਕਿ ਅਸੀਂ ਲੋਕ ਆਮ ਤੌਰ 'ਤੇ ਪੇਂਡੂ ਲੋਕ ਖਾਸ ਤੌਰ ਦੇ ਉੱਤੇ ਅਸੀਂ ਬੀਜਣ ਦੇ ਸ਼ੌਕ, ਕਣਕ ਬੀਜੀ, ਛੋਲੇ ਬੀਜੇ, ਮੱਕੀ ਬੀਜੀ, ਇਹ ਇੱਕ ਦਿੱਤਾ ਵੀ ਜੇ ਤੂੰ ਕਣਕ ਬੀਜੀ ਆ ਤਾਂ ਉੱਥੇ ਛੋਲੇ ਨਹੀਂ ਉੱਗਣੇ, ਜੇ ਤੂੰ ਛੋਲੇ ਬੀਜੇ ਉੱਥੇ ਕਣਕ ਨਹੀਂ ਉੱਗਣੀ। ਜਿਹੜਾ ਤੂੰ ਕਰਮ ਕੀਤਾ ਇਹਦਾ ਤੈਨੂੰ ਫਲ ਭੁਗਤਣਾ ਪਏਗਾ। ਜਿਹਾ ਬੀਜੇ ਸੋਲਣੇ ਕਰਮਾਂ ਸੰਦੜਾ ਖੇਤ। ਜੋ ਕੁਝ ਮਨੁੱਖ ਇਸ ਸੰਸਾਰ ਵਿੱਚ ਕਰਮ ਕਰਦਾ ਉਸ ਨੂੰ ਉਹਦੇ ਫਲ ਮਿਲਣੇ ਆ, ਨਤੀਜਾ ਮਿਲਣਾ। ਫਿਰ ਅਖੀਰ 'ਤੇ ਕੀ ਕਹਿੰਦੇ ਆ, ਹੁਣ ਕਰਨਾ ਕੀ ਆ? ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਫਿਰ ਹੱਲ ਕੀ ਆ? ਦੇਖੋ, ਤਾਂ ਹੀ ਹੱਲ ਹੋਵੇਗਾ ਜੇ ਤੁਹਾਨੂੰ ਪਤਾ ਲੱਗ ਗਿਆ ਮੈਂ ਫਸ ਗਿਆ, ਰਾਈਟ? ਫਿਰ ਤੁਹਾਨੂੰ ਛੁੱਟਣ ਦਾ, ਤੁਹਾਨੂੰ ਉਪਰਾਲਾ ਕਰਨਾ ਹੈ। ਜਦ ਤੁਸੀਂ ਫਸੇ ਹੋਏ ਵੀ ਕਹਿੰਦੇ ਆ ਵੀ ਮੈਨੂੰ ਕੋਈ ਪਰਵਾਹ ਨਹੀਂ, ਮੈਂ ਫਸਿਆ ਨਹੀਂ ਹੈਗਾ, ਤੈਨੂੰ ਇਹ ਵੀ ਨੌਲੇਜ ਨਹੀਂ ਮੈਂ ਫਸਿਆ। ਮਿਸਾਲ ਤੌਰ 'ਤੇ ਤੁਹਾਨੂੰ ਹਉਮੈ ਦਾ ਰੋਗ ਹੈਗਾ, ਹਉਮੈ ਦਾ ਰੋਗ ਤੁਹਾਨੂੰ ਕੋਈ ਦੱਸ ਦੇ ਵੀ ਦੇ, ਮੈਂ ਵੀ ਦੱਸ ਦੇਵਾਂ, ਜਾਂ ਮੈਨੂੰ ਵੀ ਕੋਈ ਦੱਸ ਦੇਵੇ, ਮੈਂ ਸਮਾਂ ਉਲਟਾ ਆਕੜਦਾ ਹਾਂ ਕਿ ਮੇਰੇ 'ਚ ਤਾਂ ਹਉਮੈ ਹੈ ਨਹੀਂ। ਪਰ ਅਸੀਂ ਹਉਮੈ ਨਾਲ ਪਿਆਰ ਕਰਦੇ ਹਾਂ, ਇੱਕ ਐਸੀ ਸਾਡੇ ਅੰਦਰ ਰੋਗ ਹੈ ਜਿਹਨੂੰ ਅਸੀਂ ਲਵ ਕਰਦੇ ਹਾਂ। ਹੁਣ ਗੁਰੂ ਜੀ ਕਹਿੰਦੇ ਨੇ ਇਹਦਾ ਤਰੀਕਾ ਕੀ ਆ? ਜਦੋਂ ਅਸੀਂ ਦੁਖੀ ਹੋਵਾਂਗੇ, ਤੰਗ ਹੋਵਾਂਗੇ, ਫਿਰ ਕੀ ਹੋਵੇਗਾ ਕਿ ਅਸੀਂ ਫਿਰ ਗੁਰੂ ਦੀ ਸ਼ਰਨ ਵਿੱਚ ਜਾਵਾਂਗੇ। ਨਾਨਕ ਪ੍ਰਭ ਸਰਣਾਗਤੀ, ਵਾਹਿਗੁਰੂ ਦੀ ਸ਼ਰਨ ਵਿੱਚ ਜਾਵਾਂਗੇ, ਸ਼ਰਨ ਵਿੱਚ ਜਾਵਾਂਗੇ, ਅਤੇ ਉਹਨਾਂ ਨੂੰ ਫਿਰ ਉਹਦੀ ਚਰਨ ਵਿੱਚ ਆ ਕੇ ਹੋਵੇਗਾ, ਚਰਨ ਬੋਹਿਤ ਪ੍ਰਭ ਦੇਤ। ਬਾਬਾ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਵਾਹਿਗੁਰੂ ਦੀ ਸ਼ਰਨ ਵਿੱਚ ਜਾਓ ਜੀ, ਤੁਹਾਨੂੰ ਫਿਰ ਜਹਾਜ਼, ਸਮੁੰਦਰੀ ਜਹਾਜ਼ ਵਿੱਚ ਗੁਰੂ ਦੇ ਚਰਨਾਂ ਵਿੱਚ, ਗਿਆਨ ਦੇ ਜਹਾਜ਼ 'ਚ ਬਿਠਾਲ ਕੇ ਤੁਹਾਨੂੰ ਫਿਰ ਪਾਰ ਕਰ ਦੇਣਗੇ, ਕਿਉਂਕਿ ਤੂੰ ਨਹੀਂ ਤੇ ਰਾਹ ਵਿੱਚ ਹੀ ਭਵ ਸਾਗਰ ਵਿੱਚ ਡੁੱਬ ਕੇ ਮਰ ਜਾਏਗਾ। ਨਾ ਛੇ ਭਾਦੋਂ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤ। ਹੁਣ ਸਿੱਖਾ, ਤੇਰੇ ਵਾਸਤੇ ਵੀ ਉਪਦੇਸ਼ ਆ, ਸਾਰੇ ਲੋਕਾਂ ਵਾਸਤੇ ਵੀ ਆ, ਕਿ ਜਿਸ ਭਾਦੋਂ ਦੇ ਮਹੀਨੇ ਨੂੰ ਤੂੰ ਹਰ ਵਾਰੀ ਚੇਤੇ ਕਰਦਾ, ਸੁਣ ਤਾਂ ਸਹੀ, ਕਿ ਤੇਰਾ ਸਭ ਤੋਂ ਵੱਡਾ ਛੁਟਕਾਰਾ ਤਾਂ ਹੋਣਾ ਕਿ ਜੇ ਤੂੰ ਆਪਣੇ ਗੁਰੂ ਦੇ ਨਾਲ ਪਿਆਰ ਅਤੇ ਸ਼ਰਧਾ ਦੇ ਨਾਲ ਰਿਹਾ, ਨਰਕਾਂ ਵਿੱਚੋਂ ਤੂੰ ਕੱਢਿਆ ਜਾਏਗਾ ਜੇ ਕਰ ਗੁਰੂ ਦੇ ਨਾਲ ਤੇਰਾ ਹੇਤ ਹੋਵੇਗਾ, ਭਾਵ ਕਿ ਉਸਦੇ ਉਪਦੇਸ਼ਾਂ ਦੇ ਉੱਤੇ ਤੂੰ ਸੁਣੇਗਾ, ਮੰਨੇਗਾ, ਅਮਲ ਕਰੇਗਾ, ਤਾਂ ਤੈਨੂੰ ਆਪਣੇ ਜੀਵਨ ਦੇ ਰਸਤੇ ਦਾ ਗਿਆਨ ਹੋ ਜਾਏਗਾ। ਸੋ ਇਸ ਕਰਕੇ ਭਾਦੋਂ ਦੇ ਮਹੀਨੇ ਦੇ ਮੁਤਾਬਕ ਮੇਰੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਇੱਕ ਮਹਾਨ ਸੁੰਦਰ ਉਪਦੇਸ਼ ਹੈ ਕਿ ਅਸੀਂ ਕਿਸ ਤਰ੍ਹਾਂ ਇਸ ਭਾਵ ਸਾਗਰ ਵਿੱਚੋਂ ਨਿਕਲਣਾ ਹੈਗਾ। ਬਿਲਕੁਲ ਸਹੀ ਕਿਹਾ ਜੀ ਕਿ ਇੱਕ ਸਹੀ ਸਟ੍ਰੇਟ ਫੋਰਵਰਡ ਰਸਤਾ ਗੁਰੂ ਨੇ ਦੱਸਿਆ, ਇਹ ਹੁਣ ਸਾਡੇ 'ਤੇ ਡਿਪੈਂਡ ਕਰਦਾ ਕਿ ਅਸੀਂ ਉਸਨੂੰ ਅਪਣਾਉਂਦੇ ਹਾਂ ਕਿ ਨਹੀਂ ਅਪਣਾਉਂਦੇ।
ਤੁਹਾਡਾ ਧੰਨਵਾਦ ਲੈਣੇ। ਇੱਕ ਛੋਟੀ ਜਿਹੀ ਬ੍ਰੇਕ ਜੀ, ਵਾਪਸ ਆ ਕੇ ਫਿਰ ਅੱਗੇ ਡਿਸਕਸ਼ਨ ਨੂੰ ਕੰਟੀਨਿਊ ਰੱਖਦੇ ਹਾਂ। Here is our first contestant. He is hungry. He is ill. He has to make a crucial decision. He has to decide food or medicine. He doesn't have enough money for both. He has to choose. He is hungry. Wait. He wants the medicine. It's not a game. It's a brutal reality. Why should anyone have to choose between food or medicine? CARP fights to increase the CPP for everyone and for additional support for low-income seniors. Join today at carp.ca. ਇਹ ਧਾਰਮਿਕ ਸੈਗਮੈਂਟ ਕੋਕਟਲਮ ਸਥਿਤ ਬਾਂਕੇ ਇਨਵੈਸਟਮੈਂਟ ਲਿਮਿਟਡ ਵੱਲੋਂ ਸਪਾਂਸਰਡ ਹੈ। 604-931-3331। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਸੈਗਮੈਂਟ ਵਿੱਚ। ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਭਾਈ ਸਾਹਿਬ ਨੇ ਸਾਨੂੰ ਭਾਦੋ ਦੇ ਸੰਬੰਧ ਵਿੱਚ ਜੋ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਉਸ ਬਾਰੇ ਜਾਣਕਾਰੀ ਦਿੱਤੀ, ਅਗਲਾ ਮਹੀਨਾ ਅੱਸੂ ਦਾ ਜੋ ਹੈ ਉਸ ਬਾਰੇ ਗੁਰੂ ਸਾਹਿਬ ਕੀ ਲਿਖ ਰਹੇ ਨੇ ਅਤੇ ਕੀ ਅਸੀਂ ਸਮਝਣਾ ਹੈ, ਆਓ ਗਿਆਨੀ ਸਵਰਨ ਸਿੰਘ ਜੀ ਤੋਂ ਜਾਣਕਾਰੀ ਲੈਣੇ। ਜੀ ਗਿਆਨੀ ਜੀ, ਸਤਿਗੁਰੂ ਜੀ ਫਰਮਾਨ ਕਰਦੇ ਨੇ, ਚੇਤ ਵੀ ਲੰਘ ਗਿਆ, ਵਿਸਾਖ ਵੀ ਲੰਘ ਗਿਆ, ਜੇਠ ਵੀ ਲੰਘ ਗਿਆ, ਹੜ੍ਹ ਵੀ ਲੰਘ ਗਿਆ, ਸਾਉਣ ਵੀ ਲੰਘ ਗਿਆ, ਭਾਦੋ ਵੀ ਲੰਘ ਗਿਆ, ਜਿਤਨੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤੇ, ਜਿਸ ਮਨੁੱਖ ਦੇ ਉੱਤੇ ਉਹਨਾਂ ਸਾਰਿਆਂ ਉਪਦੇਸ਼ਾਂ ਦਾ ਅਸਰ ਹੋ ਗਿਆ ਜੀ, ਜਦੋਂ ਅਸਰ ਹੋਇਆ ਤਾਂ ਉਹ ਉਹਦਾ ਮਨ ਜਿਹੜਾ ਸੀ ਸੀਰੀਅਸ ਹੋ ਗਿਆ, ਸੋਚਾਂ 'ਚ ਪੈ ਗਿਆ, ਵਿਚਾਰਾਂ 'ਚ ਪੈ ਗਿਆ, ਤਾਂ ਫਿਰ ਵਿਚਾਰਾਂ 'ਚ ਪੈਣ ਦੇ ਨਾਲ ਉਹਦੇ ਅੰਦਰ ਪ੍ਰੇਮ ਜਾਗ ਪਿਆ। ਅਸੁਣ ਪ੍ਰੇਮ ਅਮਾਹੜਾ ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਖਣੀ ਕੋਈ ਆਣ ਮਿਲਾਵੇ ਮਾਏ। ਕਿਆ ਬਾਤ ਹੈ ਕਿ ਭਾਦੋਂ ਦੇ ਘੁੰਮੇ ਘੇਰੇ 'ਚੋਂ ਸਾਰਿਆਂ ਮਹੀਨਿਆਂ ਵਿੱਚ ਲੰਘਣ ਤੋਂ ਬਾਅਦ ਜੇ ਥੋੜ੍ਹਾ 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 ਦੇ ਅੰਦਰ ਅਸਰ ਹੋਇਆ ਤਾਂ ਫਿਰ ਉਹ ਇੱਕੋ ਗੱਲ ਕਹਿਣ ਲੱਗਾ, ਮੇਰੇ ਅੰਦਰ ਉਸ ਅਕਾਲ ਪੁਰਖ ਨੂੰ ਮਿਲਣ ਦਾ ਪਿਆਰ ਜਾਗ ਪਿਆ, ਸ਼ਰਧਾ ਜਾਗ ਪਈ। ਔਰ ਜਦੋਂ ਵੀਰ ਜੀ ਸ਼ਰਧਾ ਜਾਗਦੀ ਹੈ ਨਾ, ਫਿਰ ਤਾਂ ਉਹਦਾ ਮੁੱਲ ਹੀ ਕੋਈ ਨਹੀਂ, ਫਿਰ ਉਹਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਮੈਂ ਇਹਦੇ ਬਗੈਰ ਰਹਿ ਨਹੀਂ ਸਕਦਾ। ਜਦੋਂ ਤੁਸੀਂ ਇਹ ਕਹੋਗੇ ਕਿ ਜਿਸ ਤਰ੍ਹਾਂ ਇੱਕ ਅਮਲੀ ਅਮਲ ਤੋਂ ਬਗੈਰ ਮਰ ਜਾਂਦਾ, ਤਾਂ ਸਿੱਖ ਵੀ ਫਿਰ ਗੁਰੂ ਦੇ ਉਪਦੇਸ਼ ਤੋਂ ਬਗੈਰ ਉਹਦੀ ਵੀ ਆਤਮਕ ਮੌਤ ਹੋ ਜਾਂਦੀ ਆ, ਤਾਂ ਫਿਰ ਉਹ ਮਰਨਾ ਨਹੀਂ ਚਾਹੁੰਦਾ, ਉਹ ਜੀਣਾ ਚਾਹੁੰਦਾ। ਹੁਣ ਜੀਵਨ ਵਾਸਤੇ ਉਹਨੂੰ ਜੀਵਨ ਦੀ ਖੁਰਾਕ ਚਾਹੀਦੀ ਆ, ਹੁਣ ਜੀਵਨ ਦੀ ਖੁਰਾਕ ਗਿਆਨ ਹੈ। ਹੁਣ ਗਿਆਨ ਦੀ ਖੁਰਾਕ ਲੈਣ ਲਈ ਤੁਹਾਨੂੰ ਉਹਦਾ ਗਾਹਕ ਬਣਨਾ ਪਏਗਾ, ਔਰ ਗਾਹਕ ਵੀ ਇੱਦਾਂ ਹੋਵੇ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਾਪੇਖਣ ਕਾ ਚਾਓ। ਹੁਣ ਸਾਨੂੰ ਇਹ ਤਾਂ ਕੋਈ ਕਹੇ ਪਈ ਵੀ ਲੰਡਨ ਸ਼ਹਿਰ ਬਹੁਤ ਸੋਹਣਾ, ਮੈਂ ਤੁਹਾਨੂੰ ਉਹ ਕਿਹਦੀ ਸਿਫਤਾਂ ਦੱਸ ਦੇਵਾਂ ਵੀ ਲੰਡਨ ਸ਼ਹਿਰ ਵਿੱਚ ਇੱਦਾਂ ਇੱਦਾਂ ਸਾਰੀਆਂ ਗੱਲਾਂ ਉੱਥੇ ਦੱਸ ਦੇਵਾਂ, ਤੁਹਾਡੇ ਅੰਦਰ ਇੱਕ ਚਾਅ ਪੈਦਾ ਕਰਨਾ ਫਿਰ ਲੰਡਨ ਸ਼ਹਿਰ ਜਿਹੜਾ ਨਾ ਵੀ ਮੈਂ ਵੀ ਵੇਖਣਾ। ਜਦੋਂ ਤੁਹਾਡੇ ਨਾਲ ਚਾਹ ਪੈਦਾ ਹੋਇਆ ਫਿਰ ਤੁਸੀਂ ਤੁਰ ਕੇ ਜਾ ਕੇ ਲੰਡਨ ਦੇਖੋਗੇ ਜੀ, ਤਾਂ ਇਕੱਲਾ ਇੰਨੀਆਂ ਗੱਲ ਕਰਨ ਦੇ ਨਾਲ ਇੱਥੇ ਬੈਠੇ ਬੈਠੇ ਤੁਹਾਨੂੰ ਲੰਡਨ ਦਾ ਗਿਆਨ ਨਹੀਂ ਹੋਵੇਗਾ। ਇਹ ਠੀਕ ਹੈ ਕਿ ਮੈਂ ਤੁਹਾਨੂੰ ਦੱਸ ਦੇਵਾਂਗਾ, ਜਦ ਤੱਕ ਤੁਸੀਂ ਉੱਥੇ ਨਹੀਂ ਜਾਂਦੇ ਉਹਨਾਂ ਚਿਰ ਤੱਕ ਤੁਸੀਂ ਸਹੀ ਤਸਵੀਰ ਲੰਡਨ ਦੀ ਖਿੱਚ ਨਹੀਂ ਸਕਦੇ। ਹੁਣ ਵਾਹਿਗੁਰੂ ਦਾ ਗਿਆਨ ਤਾਂ ਬਾਕੀ ਭਾਦੋ ਮਹੀਨੇ ਤੱਕ ਸਤਿਗੁਰੂ ਜੀ ਨੇ ਦੇ ਦਿੱਤਾ ਜੀ, ਅਤੇ ਜਿਸ ਜੀਵ ਨੂੰ ਚਾਹ ਪੈਦਾ ਹੋਇਆ ਉਹ ਕਹਿੰਦੇ ਵੀ ਮੈਨੂੰ ਇੰਨਾ ਚਾਹ ਮੇਰੇ ਅੰਦਰ ਪੈਦਾ ਹੋ ਗਿਆ ਕਿ ਮੈਂ ਸੋਚਿਆ ਕਿ ਮੈਂ ਹੁਣ ਕਿਸ ਤਰ੍ਹਾਂ ਉਸਨੂੰ ਮਿਲਣਾ, ਕਿਉਂ ਮਿਲੀਏ ਹਰ ਜਾਏ, ਮੈਂ ਉੱਥੇ ਜਾ ਕੇ ਉਸ ਵਾਹਿਗੁਰੂ ਨੂੰ ਕਿਵੇਂ ਮਿਲਾ ਪਵਾਂ, ਕਿਉਂਕਿ ਮੈਨੂੰ ਹੁਣ ਵਿਛੋੜੇ ਵਿੱਚ ਮੈਨੂੰ ਤੜਫਣਾ ਲੱਗੀ ਹੋਈ ਆ ਤੜਫਣਾ। ਔਰ ਕਹਿੰਦੇ ਨੇ ਪਿਆਰ ਦਾ ਜਦੋਂ ਉਛਾਲਾ ਆਵੇ ਤਾਂ ਮਨੁੱਖ ਉਛਾਲਾ ਮਾਰ ਕੇ ਜਾਂਦਾ, ਫਿਰ ਸਿੱਧਾ ਜਾਂਦਾ, ਫਿਰ ਕਿਸੇ ਨੂੰ ਪੁੱਛਦਾ ਵੀ ਨਹੀਂ, ਫਿਰ ਤਾਂ ਕਹਿੰਦਾ ਵੀ ਮੈਂ ਕਿਸੇ ਕੀਮਤ 'ਤੇ ਵੀ ਚਾਹੇ ਜੋ ਮਰਜ਼ੀ ਹੋ ਜਾਏ ਮੈਂ ਹੁਣ ਇੱਥੇ ਹੀ ਜਾਣਾ ਹੈ। ਕਿ ਇਹ ਹੈ ਪਿਆਰ ਅਤੇ ਤੁਹਾਡੇ ਅੰਦਰ ਉਛਾਲਾ ਆਉਂਦਾ। ਅਤੇ ਸਤਿਗੁਰੂ ਜੀ ਕਹਿੰਦੇ ਨੇ ਮਨ ਤਨ ਪਿਆਸ ਦਰਸ਼ਨ ਕਰਨੀ ਕੋਈ ਆਣ ਮਿਲਾਵੇ ਮਾਏ। ਮੇਰੇ ਮਨ ਵਿੱਚ ਵੀ ਮੇਰੇ ਤਨ ਵਿੱਚ ਵੀ ਤੜਫਣਾ ਪੈਦਾ ਹੋ ਗਈ ਕਿ ਮੈਨੂੰ ਕੋਈ ਆ ਕੇ ਮਿਲਾ ਦੇਵੇ, ਭਾਵ ਕਿ ਮੈਨੂੰ ਇੰਨੀ ਲੱਗੀ ਹੋਈ ਮੇਰੇ ਅੰਦਰ ਤੜਫਣ ਕਿ ਮੈਨੂੰ ਆ ਕੇ ਉਸ ਅਕਾਲ ਪੁਰਖ ਦੇ ਉਸ ਵਾਹਿਗੁਰੂ ਦੇ ਕੋਈ ਦਰਸ਼ਨ ਕਰਾ ਦੇਵੇ, ਮੈਨੂੰ ਪਿਆਸ ਲੱਗੀ
ਤਾਂ ਕਿ ਮੇਰਾ ਉਹਦੇ ਨਾਲ ਮਿਲਾਪ ਹੋ ਜਾਏ। ਹੁਣ ਮਿਲਾਪ ਤਾਂ ਤੁਸੀਂ ਤਾਂ ਹੀ ਕਰੋਗੇ ਜੇ ਵਿਛੋੜਾ ਤੁਸੀਂ ਮਹਿਸੂਸ ਕਰਦੇ ਹਾਂ। ਤਾਂ ਮੈਂ ਜਦੋਂ ਰੱਬ ਨਾਲ ਵਿਛੋੜਾ ਦੇਖਿਆ ਅਤੇ ਦੇਖੋ ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਖੁਦ ਕਹਿੰਦੇ ਨੇ ਇੱਕ ਕੜੀ ਨਾ ਮਿਲਤੇ ਤੋ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੈ ਤੁਧ ਭਗਵੰਤਾ, ਮੋਇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰਦੁਆਰੇ ਜੀਓ, ਮੈਨੂੰ ਨੀਂਦ ਨਹੀਂ ਆਉਂਦੀ, ਮੈਨੂੰ ਚੈਨ ਨਹੀਂ ਆਉਂਦੀ। ਹੁਣ ਜਿਸ ਤਰ੍ਹਾਂ ਮਨੁੱਖ ਨੂੰ ਮਾਇਆ ਦੇ ਵਿਛੋੜੇ 'ਚ ਚੈਨ ਨਹੀਂ ਆਉਂਦੀ, ਮਾਇਆ ਧਾਰੀਆਂ ਨੂੰ ਉਹ ਵੀ ਤੜਫਦੇ ਰਹਿੰਦੇ ਆ, ਜਿਹੜੇ ਲੋਕ ਲੋਭੀ ਆ ਨਾ ਉਹ ਮਾਇਆ ਤੋਂ ਬਗੈਰ ਵੀ ਤੜਫਦੇ ਆ। ਹੁਣ ਜਿਸ ਤਰ੍ਹਾਂ ਤੈਨੂੰ ਮਾਇਆ ਦੇ ਵਿਛੋੜੇ ਵਿੱਚ ਤੜਫਣਾ ਆਉਂਦੀ ਹੈ ਇੱਕ ਲੋਭੀ ਮਨੁੱਖ ਨੂੰ, ਇਸੇ ਤਰੀਕੇ ਦੇ ਨਾਲ ਜਿਹੜੇ ਪ੍ਰਭੂ ਦੇ ਭਗਤ ਨੇ ਉਹਨਾਂ ਨੂੰ ਵੀ ਰੱਬ ਦੇ ਵਿਛੋੜੇ ਵੇਲੇ ਉਹੋ ਜਿਹੀ ਹੀ ਤੜਫਣ ਲੱਗਦੀ ਆ। ਉਹ ਕਹਿੰਦੇ ਕਿਹੜੀ ਕੜੀ ਮੇਰਾ ਉਹਦੇ ਨਾਲ ਮਿਲਾਪ ਹੋ ਜਾਏ। ਕਹਿੰਦੇ ਨੇ ਸੰਤ ਸਹਾਈ ਪ੍ਰੇਮ ਕੇ ਹਉ ਤਿਨਕੇ ਲਾਗਾਂ ਪਾਏ। ਮੈਂ ਸੁਣਿਆ ਕਿ ਇੱਥੇ ਤੱਕ ਜਾਣ ਲਈ ਗੁਰਮੁਖਾਂ ਦੀ ਸੰਗਤ ਹੋਣੀ ਚਾਹੀਦੀ ਆ। ਵੇਖੋ ਗੁਰਮੁਖ ਮਿਲਣੇ ਜੀ, ਗੁਰਮੁਖਾਂ ਦੀ ਖੋਜ ਕਰਨੀ, ਦੁਨੀਆਂ ਦੇ ਉੱਤੇ ਸਰਵਨਾਸ਼ ਨਹੀਂ, ਹਰ ਤਰ੍ਹਾਂ ਦੇ ਮਨੁੱਖਤਾ ਨੂੰ ਮਿਲਦੇ ਆ। ਹੁਣ ਅਸੀਂ ਸਿੱਖ ਤੇ ਅਰਦਾਸ ਕਰਦਾ, ਹੇ ਅਕਾਲ ਪੁਰਖ ਵਾਹਿਗੁਰੂ ਸਹੀ ਪਿਆਰੇ ਮੇਲੀ ਜਿਹਨਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਹੁਣ ਸਿੱਖ ਨੇ ਤਾਂ ਅਰਦਾਸ ਕਰਨੀ ਹੈ, ਸ਼ਰਾਬੀ ਨੇ ਅਰਦਾਸ ਕਰਨੀ ਮੈਨੂੰ ਸ਼ਰਾਬੀ ਮਿਲਣ, ਸ਼ਿਕਾਰੀ ਨੇ ਅਰਦਾਸ ਕਰਨੀ ਸ਼ਿਕਾਰੀ ਮਿਲਣ, ਕਾਮੀ ਨੇ ਸ਼ਿਕਾਰ ਅਰਦਾਸ ਕਰਨੀ ਮੈਨੂੰ ਖੁਆਇਸ਼ ਕਰਨੀ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਸਿੱਖ ਹੈਗਾ ਉਹ ਹਮੇਸ਼ਾ ਅਰਦਾਸ ਕਰਦਾ, ਮੈਨੂੰ ਸਹੀ ਪਿਆਰੇ ਮੇਲੇ ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਮੈਂ ਇਹਦੇ ਬਾਰੇ ਸੰਗਤਾਂ ਨਾਲ ਜ਼ਰੂਰ ਸਾਂਝ ਕਰਾਂਗਾ ਕਿ ਅਗਰ ਤੁਸੀਂ ਆਪਣੇ ਕਰੈਕਟਰ ਨੂੰ, ਆਪਣੀ ਲਾਈਫ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਵਧੀਆ ਲੋਕਾਂ ਦੀ ਸੰਗਤ ਕਰੋ। ਬਿਲਕੁਲ, ਇਹ ਇੱਕ ਬਹੁਤ ਫਰੀ ਮੁਫਤ ਦਾ ਇੱਕ ਤੁਹਾਡੇ ਵਾਸਤੇ ਇੱਕ ਚਾਂਸ ਹੈਗਾ, ਪਰ ਵੇਖਣਾ ਇਹ ਆ ਕਿ ਉਹਨਾਂ ਦੀ ਸੰਗਤ ਕਰਕੇ ਕੀ ਮਿਲਦਾ। ਹੁਣ ਉਹਨਾਂ ਦੀ ਸੰਗਤ ਕਰਕੇ ਜਦੋਂ ਤੁਸੀਂ ਬੈਠੋਗੇ ਤਾਂ ਉਹ ਫਿਰ ਕਿਹਦੀ ਗੱਲ ਕਰਨਗੇ, ਸ਼ਰਾਬੀ ਸ਼ਰਾਬ ਦੀ ਗੱਲ ਕਰਨਗੇ, ਜੁਆਰੀਏ ਜੁਆਰੀ ਦੀ ਗੱਲ ਕਰਨਗੇ, ਪਰ ਜਿਹੜੇ ਗੁਰਮੁਖ ਪਿਆਰੇ ਆ ਉਹ ਗੁਰੂ ਦੀ ਗੱਲ ਕਰਨਗੇ। ਅਤੇ ਗੁਰੂ ਦੀ ਗੱਲ ਕਰਕੇ ਫਿਰ ਉਹਨਾਂ ਨੂੰ ਕੀ ਹੁੰਦਾ ਕਿ ਸੰਗਤ ਵਿੱਚ ਬੈਠ ਕੇ ਗੁਰੂ ਦੀ ਗੱਲ ਕਰਕੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਬਚਾਏ ਵਾਲੀ ਗੱਲ ਹੈਗੀ ਆ। ਕਹਿੰਦੇ ਨੇ ਸਤਿਗੁਰੂ ਜੀ ਸੰਤ ਸਹਾਈ ਪ੍ਰੇਮ ਕੇ ਹੋ ਤਿਨਕੇ ਲਾਗਾਂ ਪਾਏ। ਵੀ ਮੈਨੂੰ ਪਤਾ ਲੱਗ ਗਿਆ ਵੀ ਰੱਬ ਦੇ ਨਾਲ ਪ੍ਰੇਮ ਵਧਾਉਣ ਵਿੱਚ ਸਹਾਇਤਾ ਕਰਿਆ ਕਰਦੇ ਨੇ ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ, ਅਤੇ ਮੈਂ ਚਾਹੁੰਦਾ ਕਿ ਉਹਨਾਂ ਦੀ ਚਰਨੀ ਲੱਗ ਜਾਵਾਂ, ਭਾਵ ਕਿ ਉਹਨਾਂ ਦੇ ਨਾਲ ਦੋਸਤੀ ਮਿੱਤਰਤਾ ਮੇਰੀ ਸੰਗਤ ਹੋ ਜਾਏ, ਤਾਂ ਮੈਂ ਤਾਂ ਕਿ ਆਪਣੇ ਆਦਰਸ਼ ਨੂੰ ਸੰਪੂਰਨ ਕਰ ਸਕਾਂ। ਆਖਦੇ ਨੇ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੇ ਨਾਹੀਂ ਜਾਏ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ। ਹੁਣ ਪਤਾ ਲੱਗਾ ਮੈਨੂੰ ਕਿ ਬਗੈਰ ਪ੍ਰਭੂ ਤੋਂ ਉਹਦੇ ਪ੍ਰੇਮ ਦੇ ਰਸ ਤੋਂ, ਮੈਂ ਫਿਰ ਰਸ ਦੀ ਗੱਲ ਕਰਦਾ, ਰਾਈਟ, ਸਤਿਗੁਰੂ ਜੀ ਨੇ ਰਸ ਦੀ ਗੱਲ ਬਹੁਤ ਥਾਂ ਕੀਤੀ ਆ। ਰਸ ਮੈਨੇ ਆਨੰਦ ਜੀ, ਰਸਾ ਦੇਖੋ ਗੁਰਬਾਣੀ ਦੇ ਵਿੱਚ ਰਸ ਹੈਗਾ, ਪਰ ਇਹ ਰਸਾ ਤੁਹਾਨੂੰ ਤਾਂ ਹੀ ਆਏਗਾ ਜੇ ਤੁਸੀਂ ਫਰਜ਼ ਕੀਤਾ ਰੋਟੀ ਖਾ ਲਓ ਜਾਂ ਕੋਈ ਚੀਜ਼ ਖਾਂਦੇ ਹਾਂ, ਖਾਂਦੇ ਖਾਂਦੇ ਦਬਦਾ ਨਿਕਲ ਜਾਓ ਅਤੇ ਤੁਹਾਨੂੰ ਉਹਦੇ 'ਚ ਸਵਾਦ ਨਹੀਂ ਆਏਗਾ। ਤਾਂ ਜੇ ਤੁਸੀਂ ਹੌਲੀ ਹੌਲੀ ਚਿੱਤ ਕੇ ਖਾਵਾਂ ਜੀ ਅਤੇ ਤੁਹਾਨੂੰ ਉਸੇ ਰੋਟੀ ਵਿੱਚ ਅੰਮ੍ਰਿਤ ਮਿਲ ਜਾਏਗਾ, ਠੀਕ, ਪ੍ਰਸ਼ਾਦ ਦੇ ਵਿੱਚ। ਇਸੇ ਤਰੀਕੇ ਨਾਲ ਕੋਈ ਵੀ ਤੁਸੀਂ ਖਾਓ, ਇਸੇ ਤਰੀਕੇ ਨਾਲ ਗੁਰਬਾਣੀ ਆ, ਜੇ ਤੁਸੀਂ ਹਫੜਾ ਦਫੜੀ ਮੰਗਰ ਖਾਧੀ ਜੀ ਇਹ ਤੁਹਾਨੂੰ ਸਵਾਦ ਨਹੀਂ ਆਉਣਾ, ਫਿਰ ਤਾਂ ਐ ਵੀ ਛੇਤੀ ਛੇਤੀ ਮੁੱਕ ਜਾਏ, ਰਾਈਟ, ਪਰ ਜਦੋਂ ਤੁਸੀਂ ਸਵਾਦ ਨਾਲ ਪੜੋਗੇ ਤਾਂ ਰਸ ਆਉਂਦਾ। ਗੁਰਬਾਣੀ ਦੇ ਹਰ ਸ਼ਬਦ ਵਿੱਚੋਂ ਰਸ ਆਉਂਦਾ, ਹਰ ਤੁਕ ਵਿੱਚ ਰਸ ਹੀ ਰਸ ਭਰਿਆ ਹੋਇਆ, ਠੀਕ, ਔਰ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੇ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ। ਕਈਆਂ ਲੋਕਾਂ ਨੂੰ ਗਾਲਾਂ 'ਚ ਰਸ ਆਉਂਦਾ, ਗਾਲਾਂ ਕੱਢਦੇ ਨੇ, ਕਈ ਬੁਰਾ ਭਲਾ ਬੋਲਦੇ ਨੇ ਉਹਨਾਂ 'ਚ, ਪਰ ਉਹ ਰਸ ਨਹੀਂ, ਰਸ ਉਹ ਆ ਜਿਹੜਾ ਸਦਾ ਹੀ ਰਸ ਰਹਿੰਦਾ, ਉਹ ਤਾਂ ਫਿਰ ਪ੍ਰਭੂ ਦੀ ਭਗਤੀ ਹੈ ਨਾ ਰਸਨਾ ਰਾਹੀਂ। ਗੁਰੂ ਜੀ ਕਹਿੰਦੇ ਨੇ ਕਿ ਜਿੰਨੀ ਚਾਖਿਆ ਪ੍ਰੇਮ ਰਸ, ਜਿਹਨਾਂ ਲੋਕਾਂ ਨੇ ਵਾਹਿਗੁਰੂ ਦੇ ਪ੍ਰੇਮ ਦੇ ਨਾਲ ਉਸਦਾ ਰਸ ਅਤੇ ਆਨੰਦ ਚੱਖਿਆ ਹੈ, ਖਾਧਾ ਹੈ, ਉਹ ਸਿਹਤ ਤ੍ਰਿਪਤ ਰਹੇ ਅਕਾਏ। ਹੁਣ ਅਕਾਏ ਦੇ ਅਰਥ ਕੀ ਨੇ? ਸੈਟਿਸਫਾਈਡ, ਰਾਈਟ, ਉਹ ਤ੍ਰਿਪਤ ਵੀ ਰਹਿੰਦੇ ਨੇ, ਉਹ ਫਿਰ ਪੂਰੀ ਤਰ੍ਹਾਂ ਸੈਟਿਸਫਾਈਡ ਵੀ ਰਹਿੰਦੇ ਨੇ। ਜਿੱਦਾਂ ਆਪਾਂ ਕਹਿੰਦੇ ਨਾ ਪਿਆਸ ਲੱਗੀ ਅਤੇ ਪਿਆਸ ਦੀ ਅਖੀਰ ਵਿੱਚ ਜਿਹੜਾ ਅੰਤਮ ਹੈ ਉਹ ਹੈ ਤ੍ਰਿਪਤ ਹੋਣਾ,
ਅਤੇ ਸੰਤੋਖ ਵਿੱਚ ਆ ਜਾਣਾ, ਸਬਰ ਵਿੱਚ ਆ ਜਾਣਾ ਅਤੇ ਪੂਰੀ ਤਰ੍ਹਾਂ ਰੱਜ ਜਾਣਾ। ਉਹਨਾਂ ਚਿਰ ਬੰਦਾ ਰੱਜ ਨਹੀਂ ਰੱਜਦਾ ਨਹੀਂ ਜਦ ਤੱਕ ਪ੍ਰਭੂ ਦੇ ਰਸ ਦਾ ਆਨੰਦ ਨਹੀਂ ਆਉਂਦਾ। ਤਾਂ ਸਤਿਗੁਰੂ ਜੀ ਆਖਦੇ ਨੇ ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ ਲੜ ਲਾਏ। ਹੁਣ ਇੱਥੇ ਗੱਲ ਹੋਰ ਆ ਗਈ, ਸਿੱਖਾ ਤੈਨੂੰ ਹਰ ਗੁਰਬਾਣੀ ਦੇ ਤੁਕ ਵਿੱਚ ਆਪਣੇ ਆਪ ਦਾ ਤਿਆਗ ਕਰਨ ਦਾ ਉਪਦੇਸ਼ ਹੈ। ਠੀਕ, ਤਿਆਗ ਕਰਨ ਦਾ ਇਹ ਅਰਥ ਨਹੀਂ ਕਿ ਤੁਸੀਂ ਛੱਡ ਕੇ ਘਰ ਪਰ ਬਾਹਰ ਚਲੇ ਜਾਓ, ਜੰਗਲਾਂ 'ਚ ਚਲੇ ਜਾਓ, ਚੀਜ਼ਾਂ ਤਿਆਗ, ਨਹੀਂ ਨਹੀਂ, ਆਪ ਤਿਆਗ ਸ਼ਬਦ ਵਰਤੋ, ਆਪ ਤਿਆਗ, ਆਪਣੇ ਆਪ ਦਾ ਤਿਆਗ, ਆਪਣੀ ਹਉਮੈ ਦਾ ਤਿਆਗ, ਆਪਣੇ ਅੰਦਰੋਂ ਮੈਂ ਛੱਡ ਦੇਣੀ, ਆਪਣੇ ਆਪ ਦਾ ਤਿਆਗ ਮਨ ਵਿੱਚੋਂ ਤਿਆਗ ਕਰ ਦੇ ਤਾਂ ਜੇ ਤੂੰ ਆਪਾ ਭਾਵ ਛੱਡ ਦੇਗਾ ਜੀ, ਤਿਆਗ ਕਰ ਦੇਵੇਗਾ ਤਾਂ ਫਿਰ ਸਾਨੂੰ ਰੱਬ ਅੱਗੇ ਅਰਦਾਸ ਕਰਾਂਗੇ, ਹੇ ਪ੍ਰਭੂ ਮੈਂ ਜੇ ਤੇਰੇ ਲੜ ਲੱਗਣਾ ਸਭ ਤੋਂ ਪਹਿਲਾਂ ਮੇਰਾ ਸਟੈਪ ਕੀ ਆ, ਮੈਂ ਆਪਣਾ ਆਪਣਾ ਭਾਵ ਤਿਆਗ ਦਿੱਤਾ ਹੈ, ਤਾਂ ਹੇ ਪ੍ਰਭੂ ਹੁਣ ਤਾਂ ਮੈਨੂੰ ਤੂੰ ਆਪਣੇ ਲੜ ਲਾ ਲਾ। ਤੂੰ ਲੜ ਉਦੋਂ ਲੜੇ ਲੱਗੇਗਾ ਜਦੋਂ ਹੋਰ ਲੜ ਛੱਡੇਗਾ। ਬਿਲਕੁਲ, ਜੇ ਤੂੰ ਹੋਰ ਲੜ ਨਾ ਛੱਡਿਆ ਤਾਂ ਪ੍ਰਭੂ ਦੇ ਲੜ ਤੂੰ ਕਦੀ ਵੀ ਲੱਗ ਨਹੀਂ ਸਕਦਾ, ਕਿਉਂਕਿ ਦੋ ਬੇੜੀਆਂ ਦੇ ਉੱਤੇ ਕਦੀ ਵੀ ਕੋਈ ਕਦੀ ਤੁਸੀਂ ਤਰ ਨਹੀਂ ਸਕਦੇ, ਡੁੱਬ ਜਾਓਗੇ। ਇਸ ਕਰਕੇ ਸਿੱਖਾ ਮੈਂ ਬੇਨਤੀ ਕਰਾਂ ਸਭ ਗੁਰਮੁਖ ਪਿਆਰਿਆਂ ਨੂੰ, ਇੱਕ ਬੇੜੀ ਵਿੱਚ ਬੈਠ ਜਾਓ, ਠੀਕ, ਬੜੇ ਨਿਸ਼ਚਿੰਤ ਹੋ ਕੇ ਬੈਠ ਜਾਓ, ਪੂਰੇ ਵਿਸ਼ਵਾਸ 'ਚ ਬੈਠ ਜਾਓ। ਜਿਹੜਾ ਮਲਾਹ ਹੈ ਤੁਹਾਡਾ ਗੁਰੂ, ਉਹ ਤੁਹਾਨੂੰ ਬੇੜੀ 'ਚ ਬੈਠਿਆਂ ਨੂੰ ਦਰਿਆ ਤੁਹਾਡਾ ਪਾਰ ਉਹ ਆਪਣੇ ਕਰ ਦੇਗਾ, ਕਿਉਂਕਿ ਇਹ ਉਹਦਾ ਬਿਰਦ ਹੈ। ਬਿਲਕੁਲ ਸਹੀ ਫਰਮਾਇਆ ਜੀ, ਤੁਹਾਡਾ ਧੰਨਵਾਦ ਇੱਥੇ ਆ ਕੇ ਭਾਈ ਸਾਹਿਬ, ਤੁਸੀਂ ਬਹੁਤ ਹੀ ਸਰਲ ਲਫਜ਼ਾਂ ਵਿੱਚ ਸਾਨੂੰ ਐਕਸਪਲੇਨ ਕਰਦੇ ਹੋ, ਅਤੇ ਆਸ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਦਰਸ਼ਕ ਜਿਹੜੇ ਨੇ ਇਸਦਾ ਬੈਨੀਫਿਟ ਲੈਣਗੇ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਗਿਆਨੀ ਸਵਰਨ ਸਿੰਘ ਜੀ ਨਾਲ ਡਾਇਰੈਕਟਲੀ ਗੱਲਬਾਤ ਕਰਨੀ ਹੋਏ ਤਾਂ 604-589-0761 'ਤੇ ਫੋਨ ਕਰ ਸਕਦੇ ਹੋ। ਕੋਈ ਤੁਹਾਡੇ ਕੋਲ ਸਵਾਲ ਹੋਏ, ਸਾਡੇ ਨਾਲ ਸੰਪਰਕ ਕਰਨਾ ਹੋਏ, ਜਿਸ ਬਾਰੇ ਤੁਸੀਂ ਆਨਸਰ ਚਾਹੁੰਦੇ ਹੋ, ਤਾਂ 604-603-7555 ਜਾਂ ਫਿਰ ਈਮੇਲ ਜ਼ਰੀਏ harpreetsingshow@gmail.com। ਜੇਕਰ ਤੁਸੀਂ ਪੁਰਾਣੇ ਐਪੀਸੋਡਸ ਵੀ ਦੁਬਾਰਾ ਦੇਖਣਾ ਚਾਹੁੰਦੇ ਹੋ ਤਾਂ ਉਹ ਯੂਟਿਊਬ 'ਤੇ ਅਵੇਲੇਬਲ ਨੇ, ਉੱਥੇ ਜਾ ਕੇ ਵੀ ਤੁਸੀਂ ਇਹ ਪ੍ਰੋਗਰਾਮਸ ਨੂੰ ਦੇਖ ਸਕਦੇ ਹੋ। ਪ੍ਰੋਗਰਾਮ ਦੀ ਕਰਦੇ ਹਾਂ ਇੱਥੇ ਹੀ ਸਮਾਪਤੀ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।